ਚੜ ਗਏ। ਹਾਂਜੀ ਸਤਿ ਸ਼੍ਰੀ ਅਕਾਲ ਜੀ ਤੁਹਾਨੂੰ ਸਾਰਿਆਂ ਨੂੰ ਅਤੇ ਸਵਾਗਤ ਕਰਦੇ ਹਾਂ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ। ਤੁਸੀਂ ਮੇਰਾ ਲਾਸਟ ਵਾਲਾ ਵਲੋਗ ਦੇਖਿਆ, ਲਾਸਟ ਵਾਲੇ ਵਲੋਗ ਦੇ ਵਿੱਚ ਆਪਾਂ ਕੀ ਕੀਤਾ, ਆਪਾਂ ਗਏ ਸੀ ਗੱਡੀ ਵੇਖਣ। ਵੈਸੇ ਤਾਂ ਉਹ ਵੀਡੀਓ ਆਪਾਂ ਤਕਰੀਬਨ 20-25 ਦਿਨ ਸ਼ਾਮ ਮਹੀਨਾ ਹੋ ਗਿਆ ਹੋਣਾ ਵਾ, ਮਤਲਬ ਜਦੋਂ ਆਪਾਂ ਸ਼ੋਰੂਮ ਦੇ ਵਿੱਚ ਗਏ ਸੀਗੇ। ਅਤੇ ਫਾਈਨਲੀ ਆਪਾਂ ਅੱਜ ਗੱਡੀ ਲੈਣ ਚੱਲੇ ਹਾਂ ਅਤੇ ਤਕਰੀਬਨ ਸਮਾਂ ਹੋ ਚੁੱਕਾ ਵਾ, 12:30 ਵੱਜ ਗਏ ਆ ਅਤੇ ਦਿਨ ਹੈਗਾ ਅੱਜ ਐਤਵਾਰ ਅਤੇ ਆਪਾਂ ਜਾ ਰਹੇ ਹਾਂ ਆਪਣੇ ਸੱਜਣ ਵੇਲੀ ਜਿਹੜੇ ਕੀ ਆ ਉਹ ਸਾਰੇ ਕੈਮਰੇ ਦੇ ਪਿੱਛੇ ਜੱਗਾ ਜੀ ਸਪੈਸ਼ਲ ਬਠਿੰਡੇ ਤੋਂ ਇਨਵਾਈਟਡ ਨੇ ਅਤੇ ਇਹ ਲੋਕਲ ਮਾਰਕੀਟ ਦੇ ਬੰਦੇ ਆਪਣੇ ਨਾਲ ਹੀ ਰਹਿੰਦੇ ਨੇ। ਮੇਨ ਕਰੈਕਟਰ ਇਹ ਵੀ ਨਾਲ ਨੇ ਜੀ। ਅਤੇ ਚਲੀਏ, ਉਹ ਮੰਮੀ ਹੋਣੀ ਜਿਹਨਾਂ ਵੱਲੋਂ ਪੂਰੀ ਗੱਡੀ ਸਪੋਂਸਰ ਆ। ਅਤੇ ਲਓ ਜੀ, ਆਪਾਂ ਨੂੰ ਗੱਡੀ ਸਪੋਂਸਰ ਕੀਤੀ ਸੀਗੀ ਅੱਜ ਜੋਤ ਭਾਅ ਜੀ ਹੋਣਾ ਨੇ ਅਤੇ ਤੇਲ ਮੈਨੂੰ ਲੱਗਦਾ ਵਾ ਮੈਨੂੰ ਸਪੋਂਸਰ ਕਰਨਾ ਪੈਣਾ ਆ। ਅਤੇ ਬਾਈ ਗੱਲ ਹੈਗੀ ਇੱਦਾਂ ਵੀ ਆਪਣੀ ਅੱਜ ਗੱਡੀ ਦੀ ਡਿਲੀਵਰੀ ਦੇ ਉੱਤੇ ਨਾ ਫੌਜੀ ਬਾਈ ਨੇ ਵੀ ਆਉਣਾ ਸੀ ਇੱਧਰੋਂ ਚੰਡੀਗੜ੍ਹੋਂ ਅਤੇ ਭਾਅ ਜੀ ਹੁਣੀ ਪਹੁੰਚ ਚੁੱਕੇ ਆ ਅਤੇ ਆਪਾਂ ਹਲੇ ਆਪਣੇ ਕਪੂਰਥਲੇ ਸ਼ਹਿਰ 'ਚੋਂ ਨਹੀਂ ਨਿਕਲੇ। ਗੱਡੀਆਂ ਦੋ ਸੀਗੀਆਂ ਨਾਲ ਗੁਰੂ ਵੀ ਸੀ, ਮਤਲਬ 7-8 ਜਾਣੇ ਸੀ, 8 ਜਾਣੇ ਟੋਟਲ ਸੀਗੇ, 2 ਬੰਦੇ ਆਪਣੇ ਛੁੱਟੀ ਮਾਰ ਗਏ, ਹੁਣ ਆਪਾਂ ਰਹਿ ਗਏ 6 ਜਾਣੇ। ਅਤੇ ਖੈਰ ਉਹ ਤਾਂ ਆਪਾਂ ਨੂੰ ਮਿਲ ਪੈਣਗੇ ਜਦੋਂ ਆਪਾਂ ਗੱਡੀ ਲੈ ਕੇ ਆਵਾਂਗੇ, ਪਰ ਫਿਰ ਆਪਾਂ ਸੋਚਿਆ ਵੀ ਐਵੇਂ 2 ਗੱਡੀਆਂ ਕਾਹਤੋਂ ਲੈ ਕੇ ਜਾਣੀਆਂ, ਆਪਾਂ ਇੱਕੋ ਗੱਡੀ 'ਚ ਸਾਰੇ ਜਾਣੇ ਚੱਲ ਜਾਂਦੇ ਕਿਉਂਕਿ ਫਿਰ ਜਿਹੜੀ ਆਪਾਂ ਨਵੀਂ ਗੱਡੀ ਲੈ ਕੇ ਆਉਣੀ ਆ ਫਿਰ ਐਵੇਂ ਖਾਲੀ ਆਊਗੀ। ਹੈ ਸਪੋਂਸਰਸ਼ਿਪ ਅੱਜ ਆਹ ਗੱਡੀ ਦੀ ਸਪੋਂਸਰਸ਼ਿਪ ਜੋਤ ਵੱਲੋਂ ਆ ਅਤੇ ਨਵੀਂ ਗੱਡੀ ਦੀ ਸਪੋਂਸਰਸ਼ਿਪ ਮਾਤਾ ਵੱਲੋਂ, ਹੈ ਨਾ ਅੰਮਾ ਜੀ? ਬਿਲਕੁਲ, ਲੈ ਕੇ ਦੇਣੀ ਆ, ਸਾਂਭ ਕੇ ਰੱਖਣੀ ਆ, ਜੇ ਨਾ ਸਾਂਭੀ ਨਹੀਂ ਤਾਂ ਕੁੱਟ ਇੰਨੀ ਪੈਣੀ, ਕਹਿਣ ਦੀ ਗੱਲ ਨਹੀਂ। ਸੁਣ ਲਾ ਜੋਤ, ਆਪਾਂ ਇੱਕੋ ਗੱਡੀ ਦੇ ਸਾਰੇ ਜਾਣੇ ਬਹਿ ਗਏ ਆ, ਐਵੇਂ 2 ਗੱਡੀਆਂ ਲੈ ਕੇ ਜਾਣੀਆਂ। ਮੈਂ ਕਿਹਾ ਗੱਡੀ ਇੱਕ ਖਾਲੀ ਸੀ ਜਮਾ ਹੀ, ਮੈਂ ਕਿਹਾ ਤੂੰ ਨਵੀਨ, ਮੈਂ ਕਿਹਾ ਤੂੰ ਪਾਰਕਿੰਗ ਚ ਲਾ ਦੇ, ਆਪਾਂ ਇੱਕੋ ਗੱਡੀ ਚੱਲ ਜਾਣਾ ਵਾ। ਕਿੱਧਰ? ਹਾਂ ਤੂੰ ਕਹਿੰਦਾ ਮੈਂ ਦੋਵੇਂ ਜਣੇ ਦੇ ਪੱਟ ਤੇ ਬਹਿਣਾ, ਬਹਿ ਤੂੰ ਇੱਕ ਦੇ ਗਿਆ ਆ। ਇਹਦੇ ਚੱਟਣੀ ਨਿਕਲਣ ਨਹੀਂ ਪੱਟ ਦੀ, ਕੋਈ ਨਾ ਕੋਈ ਨਾ ਕੋਈ ਨਾ ਕੋਈ ਨਾ ਜਗੇ ਤਰਕੇ ਦਗਾਈ, ਕੀ ਹੋ ਗਿਆ ਤੈਨੂੰ? ਜਗੇ ਦਾ ਮੈਂ ਪੱਟ ਪੜੀਚਤਾ ਬਾਈ। ਬਾਈ ਮੈਂ ਫੌਜੀ ਭਾਈ ਨੂੰ ਬਾਹਲੀ ਜ਼ਿਆਦਾ ਵੇਟ ਕਰਾਈ, ਘੱਟੋ ਘੱਟ ਰਹੀ 1 ਘੰਟਾ, ਅਤੇ ਇਹ ਗੱਲ ਚੰਗੀ ਨਹੀਂ ਹੈਗੀ, ਇਹ ਮੈਂ ਵਲੌਗ ਦੇ ਵਿੱਚ ਹੀ ਦੱਸ ਦਿੰਦਾ। ਅਤੇ ਮੈਨੂੰ ਜਦੋਂ ਫੋਨ ਆਉਂਦਾ ਵਾ, ਪੰਮੇ ਤੂੰ ਕਿੱਥੇ ਰਹਿ ਗਿਆ, ਪੰਮੇ ਤੂੰ ਕਿੱਥੇ ਰਹਿ ਗਿਆ, ਜੱਗੀ ਜੋ ਦਾ ਫੜੀ ਹੋਏ ਚਲੀਏ ਵੋ ਰਹੀ ਵੋ ਵਾਲੀ ਗਾੜੀ ਹੈ ਮੈਨੂੰ ਲੱਗਦਾ ਹੈ। ਜਿਹੜੇ ਭਰਾ ਹੁੰਦੇ ਆ ਨਾ ਉਹ ਬੜੇ ਵੱਡੇ ਦਿਲ ਦੇ ਹੁੰਦੇ ਆ, ਉਹਨਾਂ ਨੂੰ ਕਦੀ ਗੁੱਸਾ ਨਹੀਂ ਆਉਂਦਾ ਛੋਟੀ ਮੋਟੀ ਗੱਲ ਤੇ। ਆਪਣੀ ਗੱਡੀ ਨੂੰ ਕੱਪੜਾ ਪਿਆ ਹੋਇਆ, ਤੁਸੀਂ ਆਲਮੋਸਟ ਸਮਝ ਹੀ ਗਏ ਹੋਵੋਗੇ ਬਈ ਸਕੋਡਾ ਦੀ ਗੱਡੀ ਆਪਾਂ ਨੂੰ ਪਸੰਦ ਸੀਗੀ। ਅਤੇ ਮੈਂ ਲਾਸਟ ਵਲੋਗ ਥਰਡ ਲਾਸਟ ਵਲੋਗ ਦੇ ਵਿੱਚ ਕਿਹਾ ਸੀ ਵੀ ਜਿਹੜਾ ਬੰਦਾ ਸਹੀ ਦੱਸੂਗਾ ਨਾ, ਬਹੁਤ ਲੋਕਾਂ ਨੇ ਸਹੀ ਜਵਾਬ ਦਿੱਤਾ ਵੀ, ਪਤਾ ਨਹੀਂ ਉਹ ਮੇਰੇ ਪੁਰਾਣੇ ਵਲੋਗਾਂ ਵਿੱਚੋਂ ਕਿੱਦਾਂ ਕੱਢ ਕੁੱਢ ਕੇ ਗੱਲ ਉਹਨਾਂ ਨੇ ਦੱਸ ਦਿੱਤਾ ਵੀ ਆਹ ਗੱਡੀ ਕੀ ਹੋਊਗੀ, ਅਤੇ ਆਪਾਂ ਗੱਡੀ ਚੂਜ਼ ਕਰ ਲਈ ਸੀ ਸਕੋਡਾ ਦੀ, ਅਤੇ ਤੁਸੀਂ ਸਮਝ ਗਏ ਯਾਰ ਕਿਹੜੀ ਗੱਡੀ ਆ। ਅਤੇ ਕੱਪੜੇ ਦੇ ਥੱਲੇ ਖਲੋਤੀ ਆ, ਅਤੇ ਆਪਣੇ ਖਾਸ ਖਾਸ ਅਜ਼ੀਜ਼ ਮਿੱਤਰ ਫੌਜੀ ਭਾਅ ਜੀ ਚੰਡੀਗੜ੍ਹ ਤੋਂ ਸਪੈਸ਼ਲ ਆਪਣੇ ਲਈ ਅੱਜ ਪਹੁੰਚ ਚੁੱਕੇ ਆ, ਅਤੇ
ਸਾਰੀ ਕਾਰਵਾਈ ਆਪਾਂ ਵਗੈਰਾ ਕਰ ਲਈ। ਕਾਰਵਾਈ ਮੈਂ ਪਹਿਲਾਂ ਹੀ ਕਰ ਲਈ ਸੀਗੀ, ਕਾਗਜ਼ ਕੁਗਜ਼ ਤਾਂ ਜਿੰਨੇ ਕੰਮ ਕੁੰਮ ਸੀ ਆਪਾਂ ਪਹਿਲਾਂ ਹੀ ਕਰਾ ਲਏ ਸੀ। ਮੈਂ ਕਿਹਾ ਡਿਲੀਵਰੀ ਲੈਣ ਆਵਾਂਗੇ, ਅਤੇ ਪਰਮਾਤਮਾ ਨੇ ਆਪਾਂ ਨੂੰ ਇੱਕ ਵਾਰੀ ਫਿਰ ਤੋਂ ਗੱਡੀ ਜਿਹੜੀ ਆ ਉਹ ਦਿੱਤੀ ਆ, ਅਤੇ ਵਾਹਿਗੁਰੂ ਸੁੱਖ ਹੰਢਾਉਣੀ ਕਰੇ ਬਸ। ਠੀਕ ਆ ਠੀਕ ਆ, ਭਾਈ ਮਾਤਾ ਕੋਲੇ ਮੰਗਣੀ, ਮਾਂ ਕੋਲੇ ਮੰਗਣੀ ਭਾਜੀ। ਹੁਣ ਜਾਇਆ ਕਰਾਂਗੇ ਗੇੜੀ ਛੇੜੀ ਮਾਰ। ਇੱਧਰ ਦੇਖੀ ਜੱਗੇ, ਇੱਧਰ ਦੇਖੀ, ਕੀ ਕਹਿਣਾ ਚਾਹੁੰਦਾ ਮੇਰੀ ਆਡੀਅੰਸ ਨੂੰ? ਵਧਾਈਆਂ ਥੈਂਕ ਯੂ ਭਾਈ, ਹੋਰ ਤਰੱਕੀਆਂ ਕਰੇਗਾ। ਥੈਂਕ ਯੂ ਥੈਂਕ ਯੂ, ਇੰਨੀ ਗੱਲ ਬੋਲਣ ਦੇ ਪੈਸੇ ਲਏ ਆ ਬਾਈ। ਫੋੜ ਦੋ ਛੇਤੀ ਭਾਈ ਦਾ ਪਟਾਕਾ। ਇੱਕ ਵਾਰ ਹੋਰ ਤੋਂ ਕਰਦੇ ਭਾਜੀ, ਬਹੁਤ ਬਹੁਤ ਮੁਬਾਰਕ ਜੀ, ਬਹੁਤ ਬਹੁਤ ਮੁਬਾਰਕ। ਜੋ ਤੂੰ ਵੀ ਆ ਜਾ ਹੁਣ ਖਿਚਵਾ ਲਈ ਆਪਾਂ ਸਾਰੇ ਫੋਟੋ ਬਾਅਦ ਚੱਲ ਹੋ ਜਾਵੇ ਕੇਕ ਕੱਟਣ। ਆ ਲਓ ਲਓ ਭਾਜੀ, ਵੀਡੀਓ ਚੱਲਦੀ ਰਹਿਣ ਦਿਓ ਹੈ ਤੁਸੀਂ, ਮੈਂ ਵੀਡੀਓ ਕੋਈ ਨਹੀਂ ਪਲਾ ਪਾ ਲੈਂਦਾ। ਸਹੀ ਆ ਬਈ, ਇੱਧਰ ਕੇਕ ਵਾਲਾ ਕੰਮ ਹੋ ਚੁੱਕਾ ਆਪਣਾ ਡਨ। ਚਲੀਏ ਰੋਟੀ ਪਾਣੀ ਛਕੀਏ ਤੇ ਇਹਨੂੰ ਚਲਾਈਏ, ਜਿਹੜਾ ਮਨ ਦੇ ਅੰਦਰ ਆਪਣੇ ਅਰਮਾਨ ਆ ਬਈ। ਜਿਹੜੀ ਮੈਂ ਟੈਸਟ ਡਰਾਈਵ ਲਈ ਸੀ ਨਾ ਗੱਡੀ ਦੇ ਵਿੱਚ, ਉਹ ਤਾਂ ਬਾਹਲੀ ਜ਼ਬਰਦਸਤ ਸੀ, ਅਤੇ ਇਹ ਤਾਂ ਫਿਰ ਖੈਰ ਉਹ ਤਾਂ 15,000 ਚੱਲੀ ਸੀ ਨਵੀਂ ਗੱਡੀ ਆ। ਬਾਕੀ ਜੋਤ ਭਾਈ ਦੇ ਵੀ ਵਿਚਾਰ ਲਵਾਂਗੇ ਭਾਅ ਜੀ, ਥੋੜ੍ਹੇ ਜਿਹੇ ਅੱਗੇ ਆ ਜਾਓ ਤੁਸੀਂ ਇੱਥੇ, ਹਾਂਜੀ ਕੁਛ ਵਿਚਾਰ ਭਾਅ ਜੀ ਤੁਹਾਡੇ ਵੀ ਚਾਹੀਦੇ ਆ ਜ਼ਰੂਰੀ ਸਾਨੂੰ। ਭਰਾ ਨੂੰ ਹਾਂ ਇੱਧਰ ਆਓ ਥੋੜ੍ਹਾ, ਨਵੀਂ ਗੱਡੀ ਲੈ ਲਈ ਫਿਰ ਗੇੜੀਆਂ ਮਾਰਾਂਗੇ, ਲੈ ਧੂਆ ਤੋਂ ਜਾਂਦਾ ਹੀ ਹੁੰਦੀ ਦੁੱਖਦਾ। ਅਤੇ ਲਓ ਜੀ
ਆਪਣਾ ਜਿਹੜਾ ਚਮਚਮਾਉਂਦਾ ਤੋਹਫ਼ਾ ਉਹ ਆ ਖਲੁੱਤਾ ਵਾ ਅਤੇ ਹਾਂ ਠੀਕ ਹੈ ਠੀਕ ਹੈ ਭਾਅ ਜੀ ਓਕੇ ਓਕੇ ਅਤੇ ਆਹ ਭਾਅ ਜੀ ਹੋਣੀ ਸੀਗੇ ਵਿਕਰਮ ਭਾਅ ਜੀ ਜਿਨ੍ਹਾਂ ਨੇ ਸਾਡਾ ਸਾਰਾ ਥੈਂਕ ਯੂ ਸਾਰਾ ਕੰਮ ਕਰਵਾਇਆ ਅਤੇ ਸਾਰਾ ਕੁਝ ਆਪ ਹੀ ਕਰਵਾਇਆ ਸੱਚੀ ਦੱਸਾਂ ਮੇਰਾ ਸਿਰ ਕੋਈ ਟੈਨਸ਼ਨ ਨਹੀਂ ਸੀਗੀ ਸਿਰਫ ਮੈਨੂੰ ਫੋਨ ਆਉਂਦਾ ਸੀ ਵੀ ਆਹ ਕਾਗਜ਼ ਭੇਜ ਦਿਉ ਕਾਗਜ਼ ਕੁਗਜ਼ ਮੈਂ ਸਾਰੇ ਫੋਨ 'ਤੇ ਭੇਜਦਾ ਰਿਹਾ ਅਤੇ ਕੰਮ ਸਾਰਾ ਏ ਟੂ ਜੈੱਡ ਛੋਟੇ ਅਤੇ ਛੋਟਾ ਭਾਈ ਨੇ ਆਪਣੇ ਆਪ ਕਰਵਾ ਦਿੱਤਾ ਅਤੇ ਯਾਰ ਫਾਈਨਲੀ ਆਪਣੀ ਕਾਰ ਰੈਡੀ ਆ ਅਤੇ ਆਪਾਂ ਡਿਲੀਵਰੀ ਲੈ ਲੈਣੀ ਆ ਸੋਹਣੀ ਆ ਨਾ ਸੋਹਣੀ ਆ ਨਾ ਹਾਂ ਸਹੀ ਹੈ ਇੱਦਾਂ ਹੀ ਆ ਪੈਸੇ ਲੱਗੇ ਹਜੇ ਵੀ ਨਹੀਂ ਸੋਹਣੀ ਜਿਹੜਾ ਮੈਂ ਪਹਿਲਾ ਵਲੋਗ ਪਾਇਆ ਸੀ ਨਾ ਉਹਦੇ ਵਿੱਚ ਆਪਾਂ ਆਹ ਗੱਡੀ ਦੇਖ ਕੇ ਗਏ ਸੀਗੇ ਹੈ ਨਾ ਉਹਦੇ ਵਿੱਚ ਆਹ ਵੀਲ ਆਉਂਦੇ ਸੀਗੇ ਸਿਲਵਰ ਅਤੇ ਆਪਾਂ ਇਹ ਵੀਲ ਕਢਵਾ ਕੇ ਉਹਦੇ ਵਿੱਚ ਬਲੈਕ ਵੀਲ ਅਪਲੋਡ ਕਰਵਾ ਦਿੱਤੇ ਆ ਅਤੇ ਆਹ ਗੱਡੀ ਦਾ ਨੰਬਰ ਲਿਆ ਆਪਾਂ PB09AP99888 ਅਤੇ ਓਵਰਆਲ ਲੁੱਕ ਬਾਹਲੀ ਘੈਂਟ ਆ ਜੇ ਅਸੀਂ ਇੱਧਰ ਫੌਜੀ ਭਾਅ ਜੀ ਹੁਣਾਂ ਨੂੰ ਬਹੁਤ ਵੇਟ ਕਰਵਾਈ ਅਤੇ ਫੌਜੀ ਭਾਅ ਜੀ ਚੰਦ ਸ਼ਬਦ ਨਾ ਕੁਛ ਨਹੀਂ ਤੈਨੂੰ ਮੁਬਾਰਕਾਂ ਅਰਦਾਸ ਹੈ ਮਹਾਰਾਜ ਅੱਗੇ ਮੇਰੇ ਭਰਾ ਨੂੰ ਚੜ੍ਹਦੀ ਕਲਾ 'ਚ ਰੱਖੇ ਬਾਬਾ ਤੰਦਰੁਸਤ ਰੱਖੇ ਗੱਡੀ ਨੂੰ ਵੀ ਅਤੇ ਤੈਨੂੰ ਵੀ ਹੈ ਅਤੇ ਵੇਖ ਲਓ ਬਈ ਮੈਂ ਇੱਕ ਫੋਨ ਕੀਤਾ ਮੈਂ ਕਿਹਾ ਭਾਅ ਜੀ ਤੁਸੀਂ ਡਿਲੀਵਰੀ 'ਤੇ ਪਹੁੰਚਣਾ ਅਤੇ ਮੇਰਾ ਭਰਾ ਪਹੁੰਚ ਗਿਆ ਭਾਅ ਜੀ ਵੇਟ ਹੋ ਕਰਾਈ ਉੱਦਾਂ ਮਨੋ ਵਾਰੀ ਤਾਂ ਭਾਈ ਭਰਿਆ ਪਿਆ ਪਰ ਮੈਂ ਤਿੰਨ ਵਾਰੀ ਭਾਜੀ ਦੇਖ ਲਓ ਮੈਂ ਵੀ ਤੁਸੀਂ ਕਿੰਨੀ ਵਾਰੀ ਮੈਨੂੰ ਵੇਟ ਕਰਾਈ ਚੰਡੀਗੜ੍ਹ ਮੈਂ ਕਦੀ ਕਿਸਾ ਕੀਤਾ ਕਿੱਦਾਂ ਨਹੀਂ ਕਰਾਈ ਚੱਲ ਕੋਈ ਨਹੀਂ ਰਿਚ ਕਿਡ ਉਸ ਤੋਂ ਇਲਾਵਾ ਇੱਕ ਆ ਵਾਇਰ ਆ ਗਈ ਤੁਹਾਡੀ ਕਨੈਕਟਡ ਕਰ ਦਿਓ ਓਕੇ 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 ਠੀਕ ਹੈ ਸਹੀ ਹੈ ਐਪਲ ਫੋਨ ਵਗੈਰਾ ਕਨੈਕਟ ਤੁਸੀਂ ਕਰ ਗਏ ਸਹੀ ਹੋ ਗਿਆ ਰੱਖ ਦਿਓ ਜੀ ਪਰਫਿਊਮ ਲਗਾਤਾ ਹੋਇਆ ਕਿ ਪਰਫਿਊਮ ਵਿੱਚ ਲਾ ਕਰ ਕਿੱਦਾਂ ਖੇਡੀ ਜਾਂਦੇ ਕੁਰਸੀਆਂ ਨਾਲ ਹੀ ਤੋ ਵੀ ਚਾਹ ਆ ਗਈ ਆ ਆ ਲੈ ਬੈਠੇ ਇੱਧਰ ਮੰਮੀ ਹੋਣੀ ਸਿਆਣੀਆਂ ਸਿਆਣੀਆਂ ਗੱਲਾਂ ਮਾਰ ਰਹੇ ਫੌਜੀ ਭਾਈ ਦੇ ਨਾਲ ਅਤੇ ਵਧੀਆ ਮਾਹੌਲ ਚੱਲ ਬਣਿਆ ਹੋਇਆ ਇੱਧਰ ਚਾਹ ਦਾ ਕੱਪ ਸ਼ੱਪ ਠੀਕ ਆ ਘੈਂਟ ਆ ਘੈਂਟ ਆ ਭਰਾਵਾ ਬੰਦਾ ਖੁਸ਼ ਹੋਣਾ ਚਾਹੀਦਾ ਵਾ ਹੋਰ ਗੱਲਾਂ ਦੀਆਂ ਗੱਲਾਂ ਸਹੀ ਆ ਸਹੀ ਦੁਬਾਰਾ ਮਾਰ ਕੇ ਯਾਰ ਵੀਡੀਓ ਚ ਆਇਆ ਦੁਬਾਰਾ ਵੱਜੀ ਵੀਡੀਓ ਨੀ ਮੈਂ ਰਿਕਾਰਡ ਕੀਤੀ ਦੁਬਾਰਾ ਕਿੱਥੇ ਵੱਜਾ ਸਵੇਰੇ ਪਹਿਲਾਂ ਆਇਆ ਘਰੇ ਆਣ ਕੇ ਐਂਜੋ ਲਾਈ ਸਾਰੀ ਐਂਜੋ ਖਾਲੀ ਕਰਦੀ ਇਹਨੇ ਆਪਣੇ ਵਾਲਾਂ ਦੇ ਉੱਤੇ ਮੁੜ ਕੇ ਵੇਖਿਆ ਵੀ ਵਾਲ ਬੜੇ ਹੋਰ ਤਰ੍ਹਾਂ ਹੋ ਗਏ ਆ ਕਹਿੰਦਾ ਮੈਂ ਸਿਰ ਨਹਾ ਹੀ ਨਹੀਂ ਲਵਾਂ ਟੱਬ 'ਚ ਗਿਆ ਭਰਾਵਾ ਉੱਥੇ ਇਹਨੇ ਸਿਰ ਨਹਾਤਾ ਰਹੀ ਨਹੀਂ ਤੂੰ ਜੈੱਲ ਲੈ ਕੇ ਆ ਲਾਈ ਤਾਂ ਹੈ ਨਹੀਂ ਫਿਰ ਲੈ ਕੇ ਆਇਆ ਜੈੱਲ ਜਾ ਕੇ ਨਾਈ ਦੇ ਨਾਈ ਦੇ ਜਾ ਕੇ ਜੈੱਲ ਲੈ ਕੇ ਆਇਆ ਉਹਨੇ ਜਾ ਕੇ ਪਤਾ ਕੀ ਕਹਿੰਦਾ ਕਹਿੰਦਾ ਵੀ ਜਿੰਨੀ ਮੈਂ ਲਾ ਲਈ ਠੀਕ ਹੈ ਕਹਿੰਦਾ ਬਾਕੀ ਮੋੜ ਜੂੰਗਾ ਹਾਂ ਚਿੱਟੀ ਉੱਧਰ ਫੋਟੋ ਖਿੱਚੀ ਜਾ ਰਹੀ ਆ ਪੈਸੇ ਦੇਣਾ ਉਹਨਾਂ ਮੈਂ ਕਿਹਾ ਪੈਸੇ ਲੈਂਦਾ ਮੈਂ ਫੋਟੋ ਖਿੱਚਣ ਦੇ ਹੈ ਨਾ ਕੋਈ ਨਹੀਂ ਪੂਰੇ ਵੀ ਤਾਂ ਕਰਨੇ ਲੱਗੇ ਗੱਲਾਂ ਬਾਤਾਂ ਮਨ ਭਾਅ ਜੀ ਹੋਣੀ
ਨਵੀਨ ਪਤਾ ਨਹੀਂ ਕੀ ਕਰੀ ਜਾਂਦਾ, ਆਪਣੇ ਵਾਲ ਹੀ ਸੈੱਟ ਕਰੀ ਜਾਂਦਾ ਘੜੀ ਮੂੜੀ। ਸਵੇਰੇ ਸਵੇਰੇ ਜੈੱਲ ਲੈ ਕੇ ਆਇਆ, ਜੈੱਲ ਲਾ ਕੇ ਆਇਆ ਆ, ਦੇ ਫਿਰ ਉਹੀ ਹਾਲ ਹੋ ਗਿਆ। ਕਹਿਣ ਨੂੰ ਇਹਨੇ 1200 ਰੁਪਇਆ ਲਾਇਆ, ਲੱਗਦਾ ਕੁਛ ਵੀ ਘੋਸਲਾ ਜਿਹਾ, ਲੱਗਦਾ ਚਿੜੀਆਂ ਦਾ ਘੋਸਲਾ ਜਿਹਾ ਬਣਾ ਲਿਆ ਇਹਨੇ। ਮਹੀਨਾ ਹੋ ਗਿਆ ਸੀ ਗੱਲ ਕਿਹਦੇ ਨੂੰ, ਮੈਂ ਸਪਾ ਕਰਾਉਣੀ ਨਹੀਂ। ਤੂੰ ਤਾਂ ਕਹਿੰਦਾ ਜਦੋਂ ਮੈਂ ਉਹ ਲਾਲੀ ਆਪਣੀ ਜੈੱਲ ਲਾਲੀ, ਵਾਲ ਤੇਰੇ ਗਿੱਲੇ ਗਿੱਲੇ ਰਹਿਣੇ ਆ, ਇਹ ਤਾਂ ਰੁੱਖੇ ਰੁੱਖੇ ਜਿਹੇ ਵਾਲ ਤੇਰੇ। ਇਹਨੇ ਕੁੰਡਲ ਵੀ ਪਾਏ ਸੀ, ਕੁੰਡਲ ਵੀ ਇਹਦੇ ਖੁੱਲ ਗਏ ਆ, ਜੈੱਲ ਲਾ ਕੇ ਆਇਆ, ਜੈੱਲ ਦਾ ਵੀ ਕੁਛ ਰਿਹਾ ਨੀ। ਤੇ ਬਾਕੀ ਚਲੋ ਨਾ ਹੀ ਨੂੰ ਫੜ ਲਾ, ਜਿੱਥੋਂ ਕਰਾਏ ਸੀ ਨਾ ਉਹਨੂੰ ਫੜ ਲਾ। ਹਾਂ ਹੋਰ ਕੀ ਬਾਕੀ ਜੱਗਾ ਜੀ, ਕੀ ਰਿਵਿਊ ਤੁਹਾਡਾ ਗੱਡੀ ਦਾ? ਬਸ ਦੇਖਣ ਵਾਲਿਆਂ ਨੂੰ ਕੀ ਕਹਿਣਾ ਚਾਹੁੰਦੇ ਆ? ਨਹੀਂ, ਇਹਨੇ ਸਵਾਲ ਪੁੱਛਿਆ ਸੀ ਕਿ ਜਿਹੜਾ ਸਹੀ ਜਵਾਬ ਦਊਗਾ ਉਹਨੂੰ ਵਾਜਰ ਪਾਤਰ ਦੀ ਐਨਕਾਂ। ਹੁਣ ਇੰਨੇ ਜਣੇ ਨੇ ਸਹੀ ਜਵਾਬ ਦਿੱਤਾ, ਕਿਹਨੂੰ ਦਿੱਤੀਆਂ ਜਾਣ? ਤੂੰ ਤਾਂ ਕੋਈ ਜਵਾਬ ਹੀ ਨਹੀਂ ਦਿੱਤਾ, ਤੈਨੂੰ ਤਾਂ ਪਤਾ ਸੀਗਾ, ਤੈਨੂੰ ਤਾਂ ਪਹਿਲਾਂ ਹੀ ਪਤਾ ਸੀ, ਤੈਨੂੰ ਪਹਿਲਾਂ ਹੀ ਪਤਾ ਸੀ ਲੱਗਿਆ, ਤੈਨੂੰ ਤਾਂ ਪਹਿਲਾਂ ਹੀ ਪਤਾ ਸੀਗਾ। ਚਲੋ ਪੰਮਾ ਜੀ ਮਾਰੋ ਸੈਲਫ, ਆਂਟੀ ਹੁਣਾਂ ਨੂੰ ਬਿਠਾਓ ਮੋਹਰੇ। ਪਰਮਾਤਮਾ ਚੜ੍ਹਦੀ ਕਲਾ ਚ ਰੱਖੇ। ਬਿਲਕੁਲ ਬਿਲਕੁਲ ਭਾਜੀ, ਥੈਂਕ ਯੂ ਤੇ ਕਰੀ ਫਿਰ ਬਹੁਤ ਬਹੁਤ ਮੁਬਾਰਕਾਂ ਆਪਣੇ ਵਿਕਰਮ ਭਾਈ ਦਾ, ਬਹੁਤ ਬਹੁਤ ਧੰਨਵਾਦ। ਮਤਲਬ ਬਹੁਤਾ ਆਪਾਂ ਭਾਈ ਨੇ ਤੰਗ ਪਰੇਸ਼ਾਨੀ ਹੋਣ ਦਿੱਤਾ, ਸਾਰਾ ਕੰਮ ਭਾਈ ਨੇ ਆਪਣੇ ਆਪ ਨਹੀਂ ਕੋਈ ਗੱਲ ਨਹੀਂ। ਸਕੋਡਾ ਜਲੰਧਰ ਬਈ ਆ ਕੇ ਡਿਸਕਾਊਂਟ ਪੱਕਾ ਮਿਲੂਗਾ। ਥੈਂਕ ਯੂ ਭਾਜੀ, ਵਿਕਰਮ ਭਾਈ ਨੂੰ ਆ ਕੇ ਮਿਲ ਲਿਓ। ਜਰੂਰ ਜਰੂਰ, ਥੈਂਕ ਯੂ ਵਿਕਰਮ ਭਾਜੀ, ਸ਼ੁਕਰੀਆ, ਮਿਲਦੇ ਰਹੀਓ, ਆਂਦੇ ਰਹੀਓ। ਹਾਂ ਪੱਕਾ ਭਾਜੀ, ਕਿਉਂ ਨਹੀਂ, ਆਪਣੀ ਗੱਡੀ ਦੇ ਵਿੱਚ ਵੀ ਸਫ਼ਰ ਦਵਾਤਾ, ਬੜੀ ਖੁਸ਼ੀ ਆ ਬਈ, ਬਹੁਤ ਜ਼ਿਆਦਾ ਖੁਸ਼ੀ ਆ ਮਨ ਨੂੰ, ਹੁਣ ਸ਼ੋਅ ਜਾਂ ਨਹੀਂ ਦੱਸ ਨਹੀਂ ਸਕ ਰਿਹਾ ਮੈਂ ਕਿੰਨਾ ਖੁਸ਼ ਆ। ਹੁੰਦਾ ਹੀ ਆ ਯਾਰ, ਆਪਾਂ ਅਕਸਰ ਖਰੀਦਦੇ ਆ ਭਾਜੀ, ਕਿਹੋ ਜੀ? ਬਿਲਕੁਲ ਬਿਲਕੁਲ, ਬਹੁਤ ਬਹੁਤ ਮੁਬਾਰਕਾਂ ਪੰਮੇ ਨੂੰ, ਸਾਰੇ ਦਿਓ ਵਧਾਈਆਂ। ਯਾਰ ਇਹ ਤਾਂ ਦੇ ਲਓ ਫੌਜੀ ਭਾਜੀ, ਮੇਰੇ ਕਹਿਣ ਤੇ ਜ਼ਰੂਰ ਪਹੁੰਚੇ, ਭਰਾਵਾਂ ਦੇ ਸਿਰ ਤੇ ਹੁੰਦਾ ਵਾ ਸਾਰਾ ਕੁਝ, ਤੇ
ਇੱਥੇ ਸਪੇਸ ਜਿਹੜੀ ਪਿੱਛੇ ਉਹ ਵਾਧੂ ਆ, ਤੇ ਇੱਧਰ ਨਵੀਨ ਵੈਸੇ ਅੱਬਲਾਂ ਪਿੱਛੇ ਬਹਿੰਦਾ ਨਹੀਂ। ਕਿੱਦਾਂ ਭਾਅ ਜੀ? ਹਾਂਜੀ 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 ਭਾਅ ਜੀ, ਉਹ ਤਾਂ ਫਿਰ ਬਾਈ ਇਹਦੇ ਥੱਲੇ ਨਾ ਖੋਲਦੇ ਆਪਾਂ। ਹਾਂ ਕੋਈ ਨਾ, ਨਵੀਨ ਅੱਬਲਾਂ ਅੱਗੇ ਬਹਿੰਦਾ ਨਹੀਂ ਹੁੰਦਾ, ਅੱਜ ਪਿੱਛੇ ਬੈਠਾ। ਤੁਸੀਂ ਸਪੇਸ ਸਮਝ ਸਕਦੇ ਹੋ ਕਿਹਦੀ ਸਪੇਸ ਆ? ਖੁਸ਼ੀ, ਖੁਸ਼ੀ ਦਾ ਕੋਈ ਟਿਕਾਣਾ ਨਹੀਂ ਹੈਗਾ, ਖੁਸ਼ੀ ਨੂੰ ਮੈਂ ਕਿੱਦਾਂ ਬਾਹਰ ਕੱਢਾਂ, ਮਤਲਬ ਇੰਨੇ ਜ਼ਿਆਦਾ ਖੁਸ਼ੀ ਹੈ ਅੰਦਰ। ਵਾਹਿਗੁਰੂ ਸਭ ਨੂੰ ਦੇਵੇ, ਸਾਰਿਆਂ ਨੂੰ ਦੇਵੇ ਵਾਹਿਗੁਰੂ। ਦੇਖ ਲਾ ਇਸ ਪੈਟਰੋਲ ਪੰਪ ਨਾਲ ਕਿੰਨੀ ਯਾਰੀ ਆ, ਹੈ ਨਾ। ਆਪਾਂ ਤੇਲ, ਆਪਾਂ ਨੂੰ ਇੱਥੋਂ ਪਰਚੀ ਮਿਲੀ ਤੇਲ ਦੀ 10 ਲੀਟਰ ਦੀ, ਅਤੇ ਹਜ਼ੂਰ ਸਾਹਿਬ ਜਾਣ ਵਾਲੇ ਵੀ ਇਸ ਪੈਟਰੋਲ ਪੰਪ 'ਤੇ, ਅਤੇ ਆਪਾਂ ਜਦੋਂ ਮੰਨ ਲਓ ਕਿਤੇ ਵੀ ਜਾਂਦੇ ਨਾ ਇਹ ਪੈਟਰੋਲ ਪੰਪ 'ਤੇ, ਕੁਝ ਨਾ ਕੁਝ ਖਾ ਪੀ ਕੇ ਤਾਂ ਜ਼ਰੂਰ ਜਾਈਦਾ ਵਾ। ਹਾਂਜੀ ਆਪਣੀ ਗੱਡੀ ਖਲੋਤੀ ਆ ਨਾਲ ਮੰਡੀ ਗੋਬਿੰਦਗੜ੍ਹ ਦਾ ਲੋਹਾ। ਨਵੀਨ ਫੋਟੋ ਖਿੱਚੀ ਜਾਂਦਾ ਵਾ। ਹਾਂ ਹੁਣ ਅੱਜ ਆਪਾਂ ਤੇਲ ਪਵਾ ਲਈਏ। ਆਪਣੀ ਗੱਡੀ ਦਾ ਨੰਬਰ ਨੋਟ ਕਰੋ, ਜਿੱਥੇ ਲਿਖੂਗੀ ਆਈ ਰੋਕ ਲਿਓ। ਨਾ ਭਰਾਵਾ ਭਾਜੀ ਕਿੱਥੇ ਗਏ ਭਾਜੀ? ਉਹ ਫੋਨ ਤੇ ਲੱਗਿਆ ਉਹਦੇ, ਉਹ ਉਹਦੇ ਭਾਜੀ ਫੋਨ ਤੇ ਬੀਜੀ ਆ ਉਹਦਾ। ਹੈ ਤੇ ਗਿਆ ਭਾਜੀ, ਮੈਂ ਕਿਹਾ ਉਦੋਂ ਤਾਂ ਬੀਜੀ ਆ ਨਾ, ਪਤਾ ਨੀ ਭਾਜੀ ਵੱਡੇ ਕੰਮ ਆ ਭਾਜੀ ਦਵਾਈ ਤੋਂ ਆ ਫਿਰ ਸਪਲੀ ਆਈ ਆ, ਟਿਊਸ਼ਨ ਤੇ ਬਣਾਉਂਦੇ ਹੋਣੇ ਆ, ਟਿਊਸ਼ਨ ਆਉ ਜੇ ਦੀ। ਨਹੀਂ ਨਹੀਂ ਜਾ ਕੇ ਟਿਊਸ਼ਨ ਜਾਣਾ, ਸਪਲੀ ਆਈ ਆ ਭਾਜੀ, ਲੱਭਦੇ ਫਿਰਦੇ ਆ ਕਿ ਪੈਸਿਆਂ ਦਾ ਕੰਮ ਸਰਦੇ ਯਾਰ। ਵੱਡੀ ਸਾਮੀ ਆ, ਆ ਫੋਰਚੂਨਰ ਐਵੇਂ ਥੋੜਾ ਚੱਕੀ ਫਿਰਦੇ ਆ, ਵੱਡੀ ਸਾਮੀ ਆ ਭਾਜੀ, ਮਤਲਬ ਪੈਸਿਆਂ ਦੇ ਕੰਮ ਕਢਾਉਣਾ ਹੁਣ। ਹੋਰ ਕੀ, ਤੂੰ ਦੇਖੀ ਹੁਣ ਫੋਨ ਕੀਤਾ ਨਾ, ਪੇਪਰ ਪਾਸ, ਆਟੋਮੈਟਿਕ ਪਾਸ, ਅਗਲੇ ਦਿਨ ਰਿਜ਼ਲਟ ਵੀ ਆ ਜਾਣਾ ਆ। ਹਾਂ ਕਿਹਦਾ ਭਾਜੀ ਦਾ? ਮੈਂ ਕਿਹਾ ਜਿਹੜੇ ਆ ਭਾਜੀ ਆ ਨਾ, ਇਹ ਫੌਜੀ ਭਾਈ ਦੇ ਅਜ਼ੀਜ਼ ਮਿੱਤਰ ਨੇ, ਤੇ ਗੱਲ ਕਰਦਾ ਮੈਂ, ਰੱਬ ਦੇ ਬੰਦੇ ਹੀ ਆ ਭਾਈ, ਤੁਹਾਨੂੰ ਸਾਰੇ ਮਿਲੇ ਹੈ ਨਾ। ਸਹੀ ਆ ਭਾਈ। ਤੇ ਲਓ ਜੀ ਫੌਜੀ ਭਾਜੀ ਚੱਲੇ ਆ ਚੰਡੀਗੜ੍ਹ ਵਾਪਸ, ਪਾਰਟੀ ਨਹੀਂ ਮੈਂ ਦਿੱਤੀ, ਐਵੇਂ ਮੈਂ ਕੋਲੋਂ ਕਹੀ ਜਾਵਾਂ ਪਾਰਟੀ ਸ਼ਾਰਟੀ। 2 ਦਿਨ ਦਾ ਵਰਤ ਰੱਖ ਕੇ ਫੇਰ ਆਉਣਾ, ਭੁੱਖ ਤੇ ਜ਼ਿਆਦਾ ਹੋਣੀ। ਸਹੀ ਆ, ਮੇਰੇ ਇੱਕ ਕਹਿਣ ਦੇ ਪਹੁੰਚੇ ਆ ਮੇਰੇ ਭਰਾ, ਤੇ ਬਹੁਤ ਖੁਸ਼ੀ ਹੋਈ ਮੈਨੂੰ, ਬਹੁਤ ਜ਼ਿਆਦਾ ਖੁਸ਼ੀ ਹੋਈ। ਮਾਂ ਨੇ ਗੱਡੀ ਲੈ ਕੇ ਦਿੱਤੀ ਆ ਜੀ ਆਪਾਂ ਨੂੰ ਫਿਰ ਤੋਂ, ਤੇ ਗੱਡੀ ਉਦੋਂ ਵੈਸੇ ਮੈਂ ਟਰਾਈ ਤਾਂ ਲੈ ਲਈ ਆ, ਉਹ ਤੁਸੀਂ ਦੇਖ ਲਈ ਜੀ ਪੁਰਾਣੀ ਕਲਿੱਪ। ਫੌਜੀ ਭਾਈ ਨੂੰ ਹੁਣੇ ਆਪਾਂ ਤੋਰ ਕੇ ਹਟੇ ਹਾਂ ਕਿਉਂਕਿ ਉਹਨਾਂ ਨੂੰ ਕਾਹਲੀ ਸੀਗੀ। ਮੇਰਾ ਬਹੁਤ ਪਿਆਰ ਆ ਯਾਰ ਫੌਜੀ ਭਾਈ ਨਾਲ, ਬਹੁਤ ਜ਼ਿਆਦਾ ਪਿਆਰ। ਪਤਾ ਨਹੀਂ ਕਈ ਵਾਰੀ ਆਪਾਂ ਕਿਸੇ ਲੋਕਾਂ ਨੂੰ ਨਾ ਦੇਖਦੇ ਹੁੰਦੇ ਹਾਂ ਔਨਲਾਈਨ, ਹੈ ਨਾ, ਅਤੇ ਪਤਾ ਨਹੀਂ ਹੁੰਦਾ ਵੀ ਉਹ ਇਨਸਾਨ ਨੇ ਆਪਣੀ ਜ਼ਿੰਦਗੀ ਦੇ ਵਿੱਚ ਐਡ ਹੋ ਜਾਣਾ, ਹੈ ਨਾ। ਸੋ ਜਿਹੜਾ ਬੰਦਾ ਇੱਜ਼ਤ ਕਰਦਾ ਵਾ ਉਹਦੀ ਇੱਜ਼ਤ ਕਰੋ, ਜਿਹੜਾ ਬੰਦਾ ਤੁਹਾਡੀ ਇੱਜ਼ਤ ਨਹੀਂ ਕਰਦਾ ਤਾਂ ਬਾਈ ਉਹਦੀ ਬੇਇੱਜ਼ਤੀ ਨਾ ਕਰੋ, ਚੁੱਪ ਕਰਕੇ ਸਟੈਪ ਬੈਕ ਹੋ ਜਾਓ। ਪਰਮਾਤਮਾ ਸਭ ਦੇਖਦਾ, ਕਿਉਂ ਮੰਮੀ ਜੀ? ਬਿਲਕੁਲ ਬਿਲਕੁਲ, ਦੇਖਣ ਵਾਲਾ ਪਰਮਾਤਮਾ ਆ, ਦੇਣ ਵਾਲਾ ਪਰਮਾਤਮਾ ਆ, ਮੰਗਿਆ ਵੀ ਉਹਦੇ ਕੋਲੋਂ ਹੀ। ਜੇ ਆਪਾਂ ਦੋਸ਼ ਦੇ ਦਿੰਦੇ ਹਾਂ ਨਾ ਯਾਰ, ਜੋ ਕੀਤਾ ਪਰਮਾਤਮਾ ਨੇ ਕੀਤਾ ਜਾਂ ਖੋਲਿਆ ਪਰਮਾਤਮਾ ਨੇ ਖੋਲਿਆ, ਆਪਾਂ ਦੋਸ਼ ਦੇ ਦਿੰਦੇ ਹਾਂ, ਤਾਂ ਖਰੀਦਣ ਵਾਲੇ ਵੀ ਆਪਾਂ ਨਹੀਂ, ਖਰੀਦਣ ਵਾਲਾ ਵੀ ਪਰਮਾਤਮਾ ਹੀ ਆ, ਬਸ ਨਾਮ ਆਪਣਾ ਆ। ਵਾਹਿਗੁਰੂ ਨੇ ਬਹੁਤ ਦਿੱਤਾ ਵਾ, ਤੇ ਅੱਜ ਇੱਕ ਵਾਰੀ ਫਿਰ ਤੋਂ ਆਪਾਂ ਨੂੰ ਆਪਣੀ ਗੱਡੀ 'ਚ ਬਿਠਾਇਆ, ਕਿਉਂ ਆ ਜੀ? ਇਹ ਛੋਟੀ ਜਿਹੀ ਹੁੰਦੀ ਸੀ ਜਦੋਂ ਮੈਂ i20 ਲੈਣ ਗਿਆ ਸੀਗਾ, ਜੇ ਹੋ ਸਕਿਆ ਮੈਂ ਇੱਕ ਫੋਟੋ ਕਲਿੱਪ ਐਡ ਕਰੂੰਗਾ, ਉਦੋਂ ਮੈਂ i20 ਦੀ ਡਿਲੀਵਰੀ ਲੈਣ ਗਿਆ ਸੀ, ਤੇ ਉਦੋਂ ਕਬੂ ਨਿੱਕੂ ਜਿਹਾ ਆਏਗਾ, ਹੈ ਨਾ। ਤੇ ਆਪਾਂ ਚੱਲੀਏ ਹੁਣ, ਹੈ ਨਾ, ਤੇ
ਚਲੋ ਵੀ ਆਪਣੀ ਨਵੀਂ ਗੱਡੀ ਆ ਜਿਹੜੀ ਆ ਰਹੀ ਆ ਉਹ ਦੇਖੋ ਉਹ ਦੇਖੋ ਉਹ ਆ ਗਿਆ ਉਹ ਦੇਖੋ ਉਹ ਦੇਖੋ ਉਹ ਆ ਗਿਆ ਦੋਨਾਂ ਪਾਸੇ ਵਲੋਗਿੰਗ ਚੱਲ ਰਹੀ ਆ ਉਧਰ ਅਸੀਂ ਇਧਰ ਉਹ ਕਰ ਰਿਹਾ ਆ ਹਾਂਜੀ ਲੋ ਜੀ ਉਧਰੋਂ ਉਧਰੋਂ ਵਲੋਗਿੰਗ ਚੱਲਣ ਦੀ ਇਹ ਦੋਵੇਂ ਫਰੇਮ ਪਾ ਦੀ ਤੂੰ ਠੀਕ ਆ ਪਹਿਲਾਂ ਹੀ ਖਲੋਤੇ ਸੀਗੇ ਫੌਜੀ ਭਾਈ ਨੂੰ ਤੋਰ ਕੇ ਆਏ ਨਾ ਮੁੜ ਕੇ ਫਿਰ ਸਾਨੂੰ ਨਵੀਨ ਭਾਈ ਨੇ ਗੱਲੀ ਲਾ ਲਿਆ ਇੱਕ ਮੋੜ ਤੋਂ ਆਪਾਂ ਥੱਲੇ ਆਪਾਂ ਗਾਹ ਨਿਕਲ ਗਏ ਇੱਥੋਂ ਭਾਵੇਂ ਮੁੜਨਾ ਸੀ ਵੈਸੇ ਉਤਰਨਾ ਸੀ ਕਹਿੰਦਾ ਮੰਮੀ ਹੁਣਾਂ ਨੇ ਆਪਾਂ ਨੂੰ ਚੰਗੀਆਂ ਗੱਲਾਂ ਬਾਤਾਂ ਸੁਣਾਈਆਂ ਵਾ ਕਿ ਪੁੱਤਰ ਜੀ ਮਿਹਨਤ ਕਰੋ ਤੇ ਅੱਗੇ ਵਧੋ ਬਿਲਕੁਲ ਠੀਕ ਆ ਲਓ ਜੀ ਵੀਰ ਜੀ ਹਾਂ 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 ਕਿੱਦਾਂ ਕਿੱਦਾਂ ਫਿਰ ਕੀ ਕਰੀ ਜਾਂਦਾ ਜੋ ਤੂੰ ਕਰ ਰਿਹਾ ਮੈਂ ਨਹੀਂ ਦੱਸ ਸਕਦਾ ਮੈਂ ਕੀ ਕਰ ਰਿਹਾ ਮੈਂ ਵੀ ਨਹੀਂ ਤੁਹਾਨੂੰ ਪਤਾ ਲੱਗ ਰਿਹਾ ਮੈਂ ਕੀ ਕਰ ਰਿਹਾ ਨਾ ਹਾਂ ਕਿੱਦਾਂ ਪਿਆ ਫਿਰ ਕੋਈ ਰੁਕਦਾ ਪਿਆ ਕਿ ਤੇਜ਼ ਹੋਇਆ ਬੇਦੋਰੀ ਸੀਟੀ ਦਾ ਤੇਜ਼ ਹੋ ਗਿਆ ਉਹ ਜਦੋਂ ਆਪਾਂ ਹੱਸਦੇ ਆ ਨਾ ਜੋ ਮੰਮੀ ਕਹਿਣਗੇ ਉਹ ਖਾਵਾਂਗੇ ਅੱਜ ਅੱਜ ਪਾਰਟੀ ਤੇ ਮੰਮੀ ਵੱਲੋਂ ਹੀ ਆ ਜਦ ਪੂਰੀ ਗੱਡੀ ਮੰਮੀ ਵੱਲੋਂ ਸੀਗੀ ਤਾਂ ਪਾਰਟੀ ਤੁਹਾਨੂੰ ਸਿਰਫ ਡਰਾਈਵਰ ਹੀ ਮਿਲਿਆ ਬਜ ਬਜਾ ਕੇ ਲਓ ਜੀ ਗੱਡੀ ਡਿਲੀਵਰੀ ਲੈ ਗਏ ਭੁੱਖ ਲੱਗ ਗਈ ਦੁਪਹਿਰ ਦਾ ਟਾਈਮ ਹੋ ਗਿਆ ਸੀ ਅਤੇ ਰੋਟੀ ਖਾਣ ਆਏ ਹਾਂ ਪਟਵਾਰੀ ਢਾਬੇ ਕੀ ਹੋਇਆ ਬਹੁਤ ਅੱਛਾ ਹੁਆ ਆਪਕੇ ਸਾਥ ਲੂਣ ਲੈਣਾ ਕਹਿੰਦਾ ਸਾਰਾ ਹੀ ਢੇਰੀ ਕਰ ਲਿਆ ਵਿੱਚ ਇੱਦਾਂ ਨੰਨੂ ਕਿੱਦਾਂ ਰੋਟੀ ਖਾ ਰਹੇ ਸਾਰੇ ਜਣੇ ਅਤੇ ਮਿਲਦੇ ਹਾਂ ਰੋਟੀ ਖਾਣ ਤੋਂ ਬਾਅਦ ਰੋਟੀ ਰੋਟੀ ਆਪਾਂ ਖਾ ਲਈ ਆ ਅਤੇ ਹੁਣ ਪੈਸੇ ਨੂੰ ਖਾਣ ਲੱਗੇ ਹਾਂ ਨਵੀਂ ਗੱਡੀ ਲਈ ਜਾਣਾ ਫਿਰ ਕਹਿੰਦਾ ਮੂੰਹ 'ਤੇ ਮਿੱਠਾ ਕਰਾਉਣਾ ਪੈਣਾ ਹੀ ਆ ਹੈ ਨਾ ਪੰਮੇ ਅਤੇ ਨਵੀਂ ਜੀ ਵੰਡ ਰਹੇ ਨੇ ਸਾਰਿਆਂ ਨੂੰ ਅਤੇ ਸਾਰੇ ਜਣੇ ਕਮੈਂਟਾਂ ਵਿੱਚ ਮੁਬਾਰਕਾਂ ਲਿਖ ਦਿਓ ਪੰਮੇ ਨੇ ਨਵੀਂ ਗੱਡੀ 'ਚੋਂ ਲਈ ਆ ਅਤੇ ਨੰਨੂ ਨਹੀਂ ਖਾਣੀ ਤੂੰ ਆਈਸਕ੍ਰੀਮ ਨੰਨੂ ਓਏ ਨਹੀਂ ਖਾਣੀ ਨਾ ਆਹੋ ਖਾਣ ਦਾ ਦਿਲ ਤਾਂ ਹੈਗਾ ਹੀ ਆ ਚਲੋ ਜੀ ਆਈਸਕ੍ਰੀਮ ਖਾ ਲਈਏ ਅਤੇ ਫੇਰ ਗੱਲ ਕਰਦੇ ਆਪਾਂ ਜੀ ਖਾ ਕੇ ਰੋਟੀ ਤੇ ਆਪਾਂ ਆ ਗਏ ਹਾਂ ਹੁਣ ਬਾਹਰ ਨੂੰ ਤੇ ਹਾਂਜੀ ਮੰਮਾ ਜੀ ਡਿਲੀਟ ਕਰਦੀ ਪੁਰਾਣੀ ਕਲਿੱਪ ਤੋਂ ਬਾਈ ਇੱਕ ਗੱਲ ਹੋਰ ਆ ਇਹਦੀ ਇੰਸਟਾਗ੍ਰਾਮ ਆਈ ਡੀ ਆ ਜੋਤ ਹਰਜੋਤ ਇਹਦੀ ਇੰਸਟਾਗ੍ਰਾਮ ਆਈ ਡੀ 'ਤੇ ਜਾ ਕੇ ਇਹਨੂੰ ਜ਼ਰੂਰ ਮੈਸੇਜ ਕਰਿਓ ਬਹੁਤ ਸਾਰੀਆਂ ਕਲਿੱਪਾਂ ਇੱਦਾਂ ਦੀਆਂ ਹੁੰਦੀਆਂ ਜਿਹੜੀਆਂ ਦਿਖਾਉਣ ਵਾਲੀਆਂ ਹੁੰਦੀਆਂ ਵਾ ਅਤੇ ਇਹ ਬੰਦਾ ਡਿਲੀਟ ਕਰ ਦਿੰਦਾ ਉਹ ਕਿਸੇ ਨੂੰ ਦਿਖਾਉਣ ਲਾਇਕ ਨਹੀਂ ਹੁੰਦੀਆਂ ਨਾ ਫਿਰ ਥੋੜ੍ਹੀ ਉਹਦੇ ਵਿੱਚ ਇਹਨੂੰ ਮੈਂ ਰੋਸਟ ਕੀਤਾ ਹੁੰਦਾ ਵਾ ਹੋਰ ਗੱਲ ਕੋਈ ਨਹੀਂ ਉਹ ਇੱਦਾਂ ਹੀ ਨਹੀਂ ਇੱਦਾਂ ਦੀ ਨਹੀਂ ਕੋਈ ਗੱਲ ਹੈਗੀ ਉਹ ਥੋੜ੍ਹਾ ਸੀਕਰੇਟ ਗੱਲ ਹੁੰਦੀ ਨਾ ਫਿਰ ਹੈ ਨਾ ਸੀਕਰੇਟ ਅਤੇ ਉਹ ਗੱਡੀ ਆਪਣੀ ਕਹਿੰਦੇ ਲਕੋਲੀ ਮੋਹਰੇ ਆਣ ਕੇ
ਜੀ ਉਹ ਪਿੱਛੇ 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 ਓਏ ਉਹਨਾਂ ਨੂੰ ਪਤਾ ਨਾ, ਉਹਨਾਂ ਨੂੰ ਪਤਾ ਨਹੀਂ ਨਾ ਫਿਰ ਲੋਹਾ ਲੱਗਾ ਆ। ਇੱਕ ਆਹ ਆਪਣੀ ਸਲਾਵੀ, ਇੱਕ ਆਹ ਅੰਕਲ ਵਾਲੇ ਸਲਾਵੀ ਲੈ ਕੇ ਆ ਰਹੇ ਨੇ, ਤੇ ਆਪਣੀ ਆਹ ਖਲੋਤੀ ਆ ਆਪਣੀ ਪਹਿਲੀ ਰਾਈਡ। ਬਹੁਤ ਘੈਂਟ ਚੱਲ ਰਹੀ ਆ, ਮਤਲਬ ਹਜੇ ਤੀਕਰ ਤਾਂ ਮੈਂ ਸ਼ਾਂਤੀ ਜੀ ਦੇ ਨਾਲ ਸੋਚ ਰਿਹਾ ਵੀ ਕਿੱਦਾਂ ਚੱਲ ਰਹੀ ਆ ਸਮੂਥਲੀ, ਸਮਝਦੇ ਨਾ, ਮਤਲਬ ਹਜੇ ਆਪਾਂ ਖੁੱਬੇ ਪਏ ਹਾਂ, ਸਵਾਦ ਦੇ ਵਿੱਚ ਖੁੱਬੇ ਪਏ ਹਾਂ। ਵਾਹ, ਪਰਮਾਤਮਾ ਨੇ ਪਤਾ ਨਹੀਂ ਕਿੱਧਰੋਂ ਕਿੱਧਰੋਂ ਪਰਮਾਤਮਾ ਰਾਹ ਕੱਢ ਦਿੰਦਾ ਵਾ ਯਾਰ ਚੀਜ਼ ਦੇਣ ਵੇਲੇ, ਹੈ ਨਾ ਅੰਮਾ? ਬਿਲਕੁਲ, ਕਲਗੀਆਂ ਵਾਲੇ ਨੇ ਬਹੁਤ ਕੁਛ ਦੇਣਾ ਹਜੇ। ਸਹੀ ਗੱਲ, ਇਹ ਵੀ ਉਹਨੇ ਦਿੱਤੀ ਆ। ਸਹੀ ਗੱਲ। ਚਲੋ ਜੀ ਆਪਾਂ ਪਹੁੰਚ ਚੁੱਕੇ ਸ਼ਹਿਰ। ਓ ਸਾਹਮਣੇ ਜਾਂਦੇ ਨਵੀਨ ਹੋਣੀ ਓ ਦੇ, ਤੇ ਕਿਉਂਕਿ ਆਪਾਂ ਗੱਡੀ ਕਪੂਰਥਲੇ ਇੱਥੇ ਆਪਣੇ ਕਚਹਿਰੀਆਂ ਖੜੀ ਕਰ ਦਿੱਤੀ ਸੀਗੀ, ਤੇ ਆਪਾਂ ਸੋਚਿਆ ਵੀ ਕਾਹਦੋ 200 ਗੱਡੀਆਂ ਲੈ ਕੇ ਜਾਣੀਆਂ, ਹੈ ਨਾ, ਤੇ ਸਹੀ ਆ। ਹੁਣ ਮੈਂ ਤੇ ਮੰਮੀ ਆ, ਤੇ ਚਲੀਏ ਆਪਣਾ ਹੈਗਾ ਵਾ ਹੁਣ ਵੀ ਗੁਰੂ ਘਰੇ ਮੱਥਾ ਟੇਕ ਲਈਏ ਜਾ ਕੇ, ਉਸ ਤੋਂ ਬਾਅਦ ਵਿੱਚ ਆਪਾਂ ਅਗਲੇ ਕੰਮ ਕਰਾਂਗੇ। ਮਤਲਬ ਹੁਣ ਤੱਕ ਦਾ ਸਫ਼ਰ ਇੱਕ ਨੰਬਰ ਜੀ, ਹੁਣ ਵੀ ਇੱਕ ਨੰਬਰ ਨਾਲ, ਤਾਂ ਫਿਰ ਕਿਹੜਾ ਨੰਬਰ ਦਈਏ? ਕਿਆ ਬਾਈ, ਇਤਨੇ ਪੈਸੇ ਲੱਗਣੇ ਕੇ ਬਾਅਦ ਵੀ ਇਹ ਗੰਦਾ ਬੱਚਾ ਆ, ਇਹ ਕਿਸੇ ਨੂੰ ਵੀ ਚਾਹੀਦਾ ਹੋਵੇ ਇਹ ਲੈ ਜਾਇਓ। ਉਹਨਾਂ ਨੇ ਉੱਥੇ ਲੇਸ ਦਾ ਪੈਕਟ ਦਿੱਤਾ ਤੇ ਇਹ ਸਾਰਾ ਹੀ ਖਾ ਗਿਆ। ਆਓ ਜੀ ਗੱਡੀ ਆਪਾਂ ਆਪਣੇ ਦਰਾਂ ਦੇ ਉੱਤੇ ਲੈ ਕੇ ਆ ਗਏ ਆ ਇੱਕ ਵਾਰੀ ਫੇਰ ਤੋਂ। ਪਰਮਾਤਮਾ ਕਰਨ ਵਾਲਾ ਵਾ ਤੇ ਉਹ ਹੀ ਕਰਾਉਣ ਵਾਲਾ, ਤੇ ਬਸ ਪਹੁੰਚ ਗਏ ਆ ਬਾਈ। ਹੁਣ ਆਪਾਂ ਜਾਣਾ ਗੁਰੂ ਘਰੇ ਮੱਥਾ ਟੇਕਣ। ਥੈਂਕ ਯੂ ਬਈ। ਫਾਈਨਲੀ ਗੱਡੀ ਘਰੇ ਆ ਚੁੱਕੀ ਆ ਜੀ, ਤੇ ਬਹੁਤ ਹੀ ਲੰਬੇ ਅਰਸੇ ਤੋਂ ਬਾਅਦ। ਹਾਂਜੀ ਪੰਮਾ ਜੀ, ਇਤਨੀ ਖੁਸ਼ੀ ਹੋ ਰਹੀ ਹੈ। ਉਹ ਇੱਧਰ ਹੱਥ ਵੱਜਦੇ ਰਹੇ ਨਾ ਫਿਰ ਸਾਰਿਆਂ ਦੇ, ਤਾਂ ਕਰਕੇ ਮੈਨੂੰ ਲੱਗਦਾ ਉਹ ਵੀ ਲਿਥਣ ਵਾਲਾ ਜਾਂ ਉਹਦੇ ਤਾਂ। ਵਾਹਿਗੁਰੂ ਵੱਲੋਂ ਸਾਰਾ ਕੁਝ ਘੈਂਟ ਹੀ ਆ ਜੋ ਪਰਮਾਤਮਾ ਨੇ ਦਿੱਤਾ, ਆਪਾਂ ਤਾਂ ਇਹੀ ਕਹਿ ਬਿਲਕੁਲ 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 ਦੇਣ ਵਾਲਾ ਉਹ ਹੀ ਆ ਬਾਈ। ਤੇ ਘਰ ਅੱਜ ਲੈ ਆਏ ਦੁਬਾਰ ਤੋਂ, ਮੈਂ ਦਿਲ ਬਹੁਤ ਕਰਦਾ ਸੀ ਜਦੋਂ I-20 ਨੂੰ ਦੇਖਦਾ ਸੀ ਇੱਥੇ ਖੜੀ ਹੁੰਦੀ ਸੀ, ਹਾਂ, ਪਰ ਇਹ ਨਹੀਂ ਸੀ ਪਤਾ ਪਰਮਾਤਮਾ ਨੇ ਇਸ ਤੋਂ ਵੀ। ਚੱਲ ਹੁਣ ਸਕੂਨ ਮਿਲ ਗਿਆ, ਸਕੂਨ ਮਿਲ ਗਿਆ ਦਿਲ ਕੋ। ਇਹ ਭਾਜੀ ਚੈੱਕ ਕਰ ਰਹੇ ਨੇ ਭਾਜੀ, ਹੁਣ ਛੋਟੀਆਂ ਛੋਟੀਆਂ ਬਰੀਕੀਆਂ ਕੁਝ ਨਿਕਲਿਆ ਭਾਜੀ? ਨਹੀਂ ਨਹੀਂ ਬਹੁਤ ਵਧੀਆ ਭਾਈ, ਉਹਨਾਂ ਨੇ ਪਰਨਾ ਬਾਲਿਆ। ਹੁਣ ਆਪਾਂ ਚੱਲੇ ਆ ਗੱਡੀ ਨੂੰ ਸੁਲਤਾਨਪੁਰ ਸਾਹਿਬ ਮੱਥਾ ਟਿਕਾਉਣ ਲਈ, ਸ਼੍ਰੀ ਗੇਤ ਸਾਹਿਬ ਸੁਲਤਾਨਪੁਰ ਲੋਧੀ, ਤੇ ਉਸ ਤੋਂ ਬਾਅਦ ਆਪਾਂ ਗੱਡੀ ਨੂੰ ਅੰਦਰ ਖੜੀ ਕਰਾਂਗੇ। ਫਿਲਹਾਲ ਹੋਏ ਆ ਕਰੀਏ ਨਾ ਤੂੰ ਹੈ। ਬਹੁਤ ਬਹੁਤ ਮੁਬਾਰਕਾਂ ਆਂਟੀ ਜੀ, ਇੱਕ ਵਾਰੀ ਫੇਰ ਗੱਡੀ ਆ ਗਈ ਆ। ਬਿਲਕੁਲ ਬਿਲਕੁਲ, ਕੀ ਕਹਿੰਦਾ ਸੀ ਯਾਰਾ? ਕੀ ਹੈ ਯਾਰ, ਗੱਲ ਗੱਲ ਕਰਦੀ ਕਰਦਾ ਸੀ ਹੋਈ ਆ ਮੰਗਣੀ। ਅਰੇ ਇਧਰ 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 ਨਹੀਂ ਯਾਰ, ਮੈਂ ਤੁਸੀਂ ਮੇਰੀ ਇੰਸਟਾਗ੍ਰਾਮ ਆਈਡੀ ਤੇ ਦੇਖੀ ਹੋਣੀ। ਓਏ ਤੇ ਖੜ, ਤੇ ਬਾਈ ਮੰਗਣੀ ਗਾਦੀ ਹੋ ਗਈ, ਬਹੁਤ ਕੁਝ ਖਰਾਬ ਹੋ ਗਿਆ ਬਾਈ। ਉਂਗਲ ਵੀ ਦਿਖਾਣਾ, ਉਂਗਲ ਵੀ ਦਿਖਾਏ ਦੀ, ਉਂਗਲ ਵੀ ਦਿਖਾਈ, ਜੱਗਾ ਚੱਕਾ ਮਿਲਿਆ। ਅੱਛਾ ਆ ਹੁਣ ਵੀਡੀਓ ਜਾਇਆ ਕਰੀ ਜਾਂਦਾ ਵਾ, ਤੇ ਇਹ 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 ਆਦੇ ਤੇ ਬਾਈ ਇਹ ਮੁੰਦਰੀ ਦੇ ਸਾਰੇ ਪਵਾੜੇ ਪਾਏ ਆ, ਹੁਣ ਸਾਡਾ ਬੰਦਾ ਨਹੀਂ ਰਿਹਾ ਹੈ ਨਾ। ਇਹ ਚੰਗਾ ਚੱਲ ਰਿਹਾ ਹੈ ਕਿ ਉਹ ਤਾਂ ਫਿਰ ਵੀ ਆ ਗਿਆ, ਤੈਨੂੰ ਕਿੰਨਾ ਹੋ ਗਿਆ ਨਹੀਂ ਆ ਹੁਣ। ਯਾਰ ਮੇਰੀ ਗੱਲ ਸੁਣੋ, ਦੁਨੀਆਦਾਰੀ ਦਾ ਇੱਕ ਸੂਲ ਆ ਕਿ ਹਮੇਸ਼ਾ ਲੋਕ ਮਾੜੀ ਚੀਜ਼ ਨੂੰ ਫੜਦੇ ਆ, ਚੰਗੀ ਨੂੰ ਨਹੀਂ ਫੜਦੇ। ਇਸ ਕਰਕੇ ਭਾਵੇਂ ਆ ਗਿਆ ਸਾਡੇ ਲਈ ਕੋਈ ਨਹੀਂ, ਹੁਣ ਚੱਲਦਾ ਇਹ ਚੀਜ਼ ਨੂੰ ਫੜ ਲਿਆ ਵਾ ਜੀ। ਜੱਗਾ ਜੀ ਹੁਣ ਚੱਲੇ ਆ ਘਰੇ, ਜੱਗਾ ਜੱਗਾ ਹੈ ਯਾਰ। ਦੇਖ ਲੈ ਜਦੋਂ ਕਿਸੇ ਬੰਦੇ ਦੀ ਮੰਗਣੀ ਹੋ ਜਾਂਦੀ ਆ,
ਫਿਰ ਬੰਦਾ ਉਦਾਂ ਦਾ ਰਹਿੰਦਾ ਨਹੀਂ ਹਨਾ ਹਨਾ ਜੋਤ ਸੁਭਾਅ ਚ ਫਰਕ ਪੈ ਜਾਂਦਾ ਨਾ ਮਤਲਬ ਹਨਾ ਕਿੱਦਾਂ ਜਜ਼ਬਾਤ ਹੈ ਹਾਂ ਨੀ ਠੀਕ ਹੈ ਠੀਕ ਹੈ ਚਲੋ ਚਲੋ ਜੱਗਾ ਚੱਲਾ ਘਰੇ ਅਸਲ ਦੇ ਵਿੱਚ ਇਹਦੀ ਵੋਟੀ ਨਹੀਂ ਆਉਣਾ ਵਾ ਹੁਣ ਲੈਣ ਜਾਣਾ ਇਹਨੇ ਤੇ ਨਹੀਂ ਤਾਂ ਦਿਲ ਬਹੁਤ ਸੀਗਾ ਸਿੱਧੇ ਜਾ ਵੜੋ ਤੇ ਉੱਧਰ ਦੋ ਸ਼ੇਰ ਬੱਬਰ ਲਓ ਜੀ ਆਪਾਂ ਪਹੁੰਚ ਗਏ ਹਾਂ ਗੁਰਦੁਆਰਾ ਸੁਲਤਾਨਪੁਰ ਲੋਧੀ ਗੁਰਦੁਆਰਾ ਬੇਰ ਸਾਹਿਬ ਤੇ ਆਹ ਸਾਹਮਣੇ ਜਾ ਰਹੀ ਹੈ ਨਵੀਨ ਦੀ ਗੱਡੀ ਕਿਉਂਕਿ ਆਪਾਂ ਜਦੋਂ ਗਏ ਹਾਂ ਕੀ ਉਹਨੂੰ ਆਉਂਦੇ ਆ ਜਲੰਧਰ ਉਸ ਵੇਲੇ ਪੰਚ 'ਚ ਚੱਲ ਗਏ ਇਹ ਅਤੇ ਹੋਂਡਾ ਸਿਟੀ ਖੜੀ ਕਰਤੀ ਅਤੇ ਹੁਣ ਇਹ ਆਉਂਦੇ ਵੀ ਹੁਣ ਆਪਾਂ ਹੋਂਡਾ ਸਿਟੀ ਲੈ ਚੱਲਦੇ ਹਾਂ ਨਾਲ ਵੀ ਦਰਸ਼ਨ ਕਰਾਉਣੇ ਪਹਿਲਾਂ ਜ਼ਰੂਰੀ ਆ ਵੀ ਕੋਈ ਵੀ ਚੀਜ਼ ਨਵੀਂ ਲਈਏ ਤਾਂ ਆਪਣਾ ਅਸੂਲ ਆ ਵੀ ਗੁਰੂ ਘਰੇ ਜਾਣਾ ਪਹਿਲਾ ਅਸੂਲ ਆ ਅਤੇ ਇਹ ਸ਼ੈਤਾਨ ਕਾਕਾ ਆ ਇਹਨੂੰ ਅਸੀਂ ਦੇਣਾ ਆ ਕੋਈ ਕਿਸੇ ਨੇ ਵੀ ਲੈਣਾ ਹੋਵੇ ਲੈ ਜਾਇਓ ਹਨਾ ਲਓ ਜੀ ਗੁਰੂ ਘਰ ਆ ਗਿਆ ਆਪਣੇ ਘਰ ਤੋਂ ਕੋਈ ਤਕਰੀਬਨ 20 ਕਿਲੋਮੀਟਰ ਦੂਰ ਆ ਬਸ ਇਹਨਾਂ ਦੇ ਪਿੱਛੇ ਪਿੱਛੇ ਲਾ ਲਓ ਭਾਜੀ ਬਾਹਰ ਬਾਈ ਮਿਲਿਆ ਮੈਂ ਹੱਥ ਧੋਂਦਾ ਪਿਆ ਸੀ ਬਾਈ ਨੇ ਨਾ ਹਜੇ ਤਾਂ ਧੋਤੇ ਹੀ ਆ ਜਫੀ ਬਾਈ ਕਰਦਾ ਉਹ ਬਾਈ ਯਾਰ ਤੁਸੀਂ ਵੀਡੀਓ ਬਣਾਉਣਾ ਮੈਂ ਹਾਂ ਭਾਈ ਵੀਡੀਓ ਬਣਾਉਣਾ ਵਾਹ ਜੋ ਖਾਲਸਾ ਵਾਹਿਗੁਰੂ ਜੀ ਫਤਿਹ ਜੋ ਹੱਥ ਪੂੰਜੇ ਆ ਨਾ ਪਿੱਛੇ ਉਹਨੇ ਤਾਂ ਮੈਂ ਦੇਖਿਆ ਮੈਂ ਯਾਰ ਪਿੱਛੇ ਗਿੱਲਾ ਗਿੱਲਾ ਜਿਹਾ ਕਦੋਂ ਹੋਇਆ ਪਿਆ ਆ ਮੈਂ ਦੋ ਪੂੰਜਲਾ ਭਰਾਵਾ ਗੁਰੂ ਘਰੇ ਹੀ ਆ ਫਾਇਦਾ ਚੱਕ ਗਿਆ ਤੇਰਾ ਫਿਰ ਪਰ ਭਰਾ ਨੇ ਹੱਥ ਕਰਾਈ ਕਹਿੰਦਾ ਭਾਈ ਵੀਡੀਓ ਬਣਾ ਮੈਂ ਭਾਈ ਵੀਡੀਓ ਬਣਾ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਫਤਿਹ ਹੱਥ ਪੂੰਜੇ ਲਓ ਜੀ ਗੁਰਦੁਆਰਾ ਸ਼੍ਰੀ ਬੇਰ ਸਾਹਿਬ ਸੁਲਤਾਨਪੁਰ ਲੋਧੀ ਆਏ ਹਾਂ ਨਵੀਂ ਗੱਡੀ ਲੈਣ ਤੋਂ ਬਾਅਦ ਮੱਥਾ ਟੇਕਣ ਅਤੇ ਵਿਊ ਚੈੱਕ ਕਰੋ ਤੁਸੀਂ ਕਿੰਨਾ ਘੈਂਟ ਲੱਗ ਰਿਹਾ ਨਾ ਗੁਰਦੁਆਰਾ ਕਿੰਨਾ ਸੋਹਣਾ ਲੱਗ ਰਿਹਾ ਯਾਰ ਲਓ ਜੀ ਦਰਸ਼ਨ ਕਰ ਲਏ ਆ ਗੁਰੂ ਘਰੇ ਅਤੇ ਅੱਜ ਜੋ ਤਾਂ ਆਪਾਂ ਵਾਹਵਾ ਦੇਰੀ ਬੈਠੇ ਆ ਨਾ ਅਤੇ ਮਨ ਨੂੰ ਸਕੂਨ ਮਿਲ ਜਾਂਦਾ ਬੰਦੇ ਨੂੰ ਤਕਰੀਬਨ ਘੰਟਾ ਡੇਢ ਬੈਠੇ ਸੀਗੇ ਅਤੇ ਹਰਹਿਰਾ ਸਾਹਿਬ ਦਾ ਪਾਠ ਹੋਇਆ ਅਰਦਾਸ ਹੋਈ ਅਤੇ ਫਿਰ ਆਏ ਹਾਂ ਅਤੇ ਉੱਦਾਂ ਹੀ ਇੰਨਾ ਟੇਕੇ ਬਹਿੰਦੇ ਨਹੀਂ ਹੈ ਨਾ ਦੋ ਕੁ ਮਿੰਟ ਬਹਿੰਦੇ ਹਾਂ ਮੱਥਾ ਟੇਕਦੇ ਹਾਂ ਭੱਜ ਜਾਂਦੇ ਹਾਂ ਇੱਧਰ ਫੋਨ ਆ ਰਿਹਾ ਚਲੀਏ ਇੱਧਰ ਸੇਠ ਜੀ ਹੁਣੀ ਇੱਕ ਵਾਰੀ ਉੱਠੇ ਆ ਵਿੱਚ ਵਿੱਚ ਉੱਠ ਖੜੇ ਜੋਤ ਕਹਿੰਦਾ ਬਹਿ ਜਾ ਚੁੱਪ ਕਰਕੇ ਥੱਲੇ ਵਾਹਿਗੁਰੂ ਜੀ ਲਓ ਜੀ ਦਰਸ਼ਨ ਵਧੀਆ ਹੋ ਗਏ ਗੁਰਦੁਆਰਾ ਸਾਹਿਬ ਦੇ ਆਹ ਖੜੀ ਆਪਣੀ ਗੱਡੀ ਅਤੇ ਹੁਣ ਆਪਾਂ ਰਵਾਨਾ ਹੋਈਏ ਘਰ ਨੂੰ ਗੁਰਦੁਆਰਾ ਸ਼੍ਰੀ ਬੇਰ ਸਾਹਿਬ ਸੁਲਤਾਨਪੁਰ ਲੋਧੀ ਅਤੇ ਲਓ ਜੀ ਆਹ ਖਲੋਤੀ ਆਪਣੀ ਰਾਣੀ ਅਤੇ ਆਪਾਂ ਗੁਰੂ ਘਰੇ ਦਰਸ਼ਨ ਕਰਵਾ ਦਿੱਤੇ ਅੱਜ ਮੱਥਾ ਆਪਾਂ ਟਿਕਵਾ ਦਿੱਤਾ ਅਤੇ ਪੰਜਾਬੀਆਂ ਦੀ ਪਹਿਲੀ ਪਛਾਣ ਹੀ ਆ ਵੀ ਕੋਈ ਚੀਜ਼ ਲੈ ਕੇ ਅਤੇ ਗੁਰੂ ਘਰੇ ਮੱਥਾ ਜ਼ਰੂਰ ਟਿਕਾਉਣਾ ਵਾ ਹੈ ਨਾ ਅਤੇ ਪਰਮਾਤਮਾ ਇਹਦੀ ਲੰਬੀ ਉਮਰ ਕਰੇ ਸੁੱਖ ਹਣਾਉਣੀ ਕਰੇ ਕਿਉਂ ਬਾਈ ਆਪਾਂ ਨੂੰ ਪਤਾ ਵਾ ਕਿੱਦਾਂ ਆਪਾਂ ਮਹੀਨੇ ਦੋ ਕੱਟੇ ਆ ਔਖੇ ਸੌਖੇ ਚਲੋ ਇੰਨੇ ਔਖੇ ਨਹੀਂ ਕੱਟੇ ਪਰ ਫਿਰ ਵੀ ਗੱਡੀ ਬਿਨਾਂ ਔਖਾ ਹੁੰਦਾ ਹੀ ਆ ਹਨਾ ਹਾਂ ਚਲੋ ਹਾਂਜੀ ਚਲੀਏ ਚਲੋ ਇੱਥੇ ਗੰਦਗੀ ਅਤੇ ਲਓ ਜੀ ਆਪਾਂ ਆ ਚੁੱਕੇ ਹਾਂ ਘਰੇ ਅਤੇ ਹੁਣ ਇੰਸਟਰਕਸ਼ਨ ਦੇ ਰਹੇ ਆਪਾਂ ਨੂੰ ਭਾਜੀ ਹੋਣੀ ਵੀ ਇੱਥੇ ਗੰਦਗੀ ਨਹੀਂ ਜੰਮਣੀ ਚਾਹੀਦੀ ਕਿਉਂਕਿ ਇਹਦਾ ਕਰੀਮ ਜਿਹਾ ਕਲਰ ਦਾ ਆ ਆਹ ਇੱਕ ਲਾਈਟ ਲੱਗੀ ਆ ਇਹਨੇ ਵੀ ਦਿਲ ਜਿੱਤ ਲਿਆ ਪੈਸੇ ਵਸੂਲ ਹੋ ਗਏ ਆ ਇੱਕ ਆਹ ਚਿੱਟੇ ਬਲਬ ਲੱਗੇ ਆ ਇਹਨੇ ਵੀ ਦਿਲ ਜਿੱਤ ਲਿਆ ਪੈਸੇ ਵਸੂਲ ਹੋ ਗਿਆ ਕੁੱਲ ਮਿਲਾ ਕੇ ਪੈਸੇ ਵਸੂਲ ਹੋ ਗਏ ਆ ਉੱਧਰ ਲੇਜ਼ਰ ਭਾਜੀ ਭੌਂਕਣ ਦੀ ਬਹੁਤ ਬਹੁਤ ਘੈਂਟ ਆ ਬਾਈ ਓਵਰਆਲ ਐਕਸਪੀਰੀਅੰਸ ਅੱਜ ਤੱਕ ਦਾ ਪੂਰਾ ਘੈਂਟ ਆ
ਤੇ ਬਾਬਾ ਮੇਰੇ ਘਰੇ ਲਓ ਜੀ ਘੈਂਟ ਲੱਗਦੀ ਆ, ਦੇਖਣ ਨੂੰ ਬਹੁਤ ਘੈਂਟ ਲੱਗਦੀ ਆ। ਅਤੇ ਆ ਨਵੀਨ ਜੀ ਮੇਰੇ ਗਲੀ ਦੇ ਫੌਜੀ ਭਾਅ ਜੀ, ਅੱਜ ਇੰਸਪੈਕਸ਼ਨ ਯਾਰ ਭਾਈ ਨੇ ਸਿਰਾ ਹੀ ਕਰਾ ਦਿੱਤੀ, ਅੱਜ ਫਸਟ ਟਾਈਮ ਐਂਟਰੀ ਮਰਵਾਈ ਆਪਾਂ ਅਤੇ ਭਾਜੀ ਇੰਸਪੈਕਸ਼ਨ ਕਰ ਰਹੇ ਗੱਡੀ ਦੀ। ਬਹੁਤ ਵਧੀਆ ਲੱਗਾ ਪੰਮੇ ਸੇਠ, ਥੈਂਕ ਯੂ ਭਾਈ ਯਾਰ, ਪੂਰੀ ਤੂਤੀ ਬੋਲੀ ਹੈ ਮੇਰੀ। ਅੱਛਾ ਸ਼ੁਕਰੀਆ ਯਾਰ ਭਾਜੀ। ਆਪਣਾ ਸਟੂਡੀਓ ਆ ਜੀ, ਸ਼ਾਇਦ ਅਜੇ ਤੀਕਰ ਮੈਂ ਦਿਖਾਇਆ ਨਹੀਂ, ਦਿਖਾਊਂਗਾ। ਚਲੋ 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 ਆਓ ਜੋਤ, ਇਹਦਾ ਸ਼ਗਨ ਹੁੰਦਾ ਵਾ, ਦੇ ਮੇਰਾ ਭਰਾ। ਓਕੇ ਮੈਂ ਸਮਝ ਸਕਦਾ, ਮੈਂ ਇਹਦੇ ਜਜ਼ਬਾਤ ਸਮਝ ਸਕਦਾ, ਕੋਈ ਗੱਲ ਨਹੀਂ, ਆਪਾਂ ਨਹੀਂ ਤੋਂ ਪੈਸੇ ਲੈਣੇ। ਇੱਧਰ ਮਾੜੇ ਬੰਦੇ ਨੂੰ ਗੱਡੀ ਮਿਲੀ ਆ ਤੇ ਸ਼ੀਸ਼ੇ ਨਹੀਂ ਬੰਦ ਹੋਣ ਦਾ ਪਤਾ, ਵੀ ਇਹ ਬੰਦ ਹੁੰਦੇ ਕਿੱਥੋਂ ਆ, ਇੱਥੇ ਹੁੰਦੇ, ਇੱਥੇ ਹੁੰਦੇ ਕਿਤੋਂ ਆ, ਚੈੱਕ ਕਰੋ ਚੈੱਕ ਕਰੋ। ਓਕੇ ਇੱਧਰ ਜਹਾਜ਼ ਲਗਵਾ ਰਿਹਾ ਵਾ ਨਵੀਨ, ਪੂਰਾ ਸ਼ਗਨ ਮੰਗਿਆ ਇਹਨੇ ਪੂਰਾ। ਖੁਸ਼ੀ ਆ ਬਾਈ, ਖੁਸ਼ੀ ਆ, ਪੂਰੀ ਖੁਸ਼ੀ ਆ, ਤੇ ਖੁਸ਼ੀ ਹੋਣੀ ਵੀ ਚਾਹੀਦੀ ਆ ਯਾਰ। ਤੇ ਠੀਕ ਆ ਜੀ, ਆਪਾਂ ਅੱਜ ਦਾ ਵਲੋਗ ਇੱਥੇ ਹੀ ਕਰਦੇ ਹਾਂ ਐਂਡ। ਤੁਸੀਂ ਸਾਰਾ ਵਲੋਗ ਦੇਖ ਲਿਆ, ਬਹੁਤ ਵਧੀਆ ਰਿਹਾ ਅੱਜ ਦਾ ਦਿਨ, ਖੂਬ ਸਾਰੀਆਂ ਗੱਲਾਂ ਬਾਤਾਂ ਕੀਤੀਆਂ, ਖੂਬ ਸਾਰਾ ਅੱਜ ਦਾ ਐਕਸਪੀਰੀਅੰਸ ਕੀਤਾ, ਘੈਂਟ ਦਿਨ ਸੀ ਜ਼ਿੰਦਗੀ ਦੇ ਜਿਹੜੇ ਖੁਸ਼ੀ ਵਾਲੇ ਪਲਾਂ 'ਚੋਂ। ਖੁਸ਼ੀ ਵਾਲੇ ਪਲ ਤਾਂ ਖੈਰ ਰੋਜ਼ ਹੀ ਰਹਿੰਦੇ ਆ, ਪਰ ਜਿਹੜੇ ਖਾਸ ਖਾਸ ਦਿਨ ਹੁੰਦੇ ਉਹਨਾਂ ਵਿੱਚੋਂ ਇੱਕ ਸੀ। ਅਤੇ ਗੱਲ ਇੱਦਾਂ ਵਾ ਕਿ ਆਪਾਂ ਗੱਡੀ ਕਰ ਦਿੱਤੀ ਖੜੀ, ਮੇਨ ਗੱਲ ਇਹ ਵੀ ਲੱਗ ਜਾਵੇ ਵੀ ਗੈਰਜ ਵਿੱਚ ਪਹਿਲਾਂ i20 ਵੀ ਆਪਾਂ ਇੱਥੇ ਖੜੀ ਕਰਦੇ ਸੀ। ਇਸ ਵੇਲੇ ਮੈਨੂੰ ਡਰ ਸੀ ਵੀ ਯਾਰ ਕੋਈ 19-9 ਵਜੇ ਨੇ ਤਾਂ ਬਾਹਰ ਲਾਉਣੀ ਪੈਣੀ ਆਪਾਂ ਨੂੰ, ਪਰ ਨਹੀਂ, ਬੜਾ ਵਧੀਆ ਸਾਰਾ ਹਿਸਾਬ ਤਾਂ ਘੈਂਟ ਹੋ ਗਿਆ। ਅਤੇ ਠੀਕ ਆ ਜੀ, ਆਪਾਂ ਇਸ ਵਲੋਗ ਨੂੰ ਇੱਥੇ ਐਂਡ ਕਰਦੇ ਹਾਂ। ਜੇਕਰ ਤੁਹਾਨੂੰ ਵਲੋਗ ਵਧੀਆ ਲੱਗਾ ਤਾਂ ਲਾਈਕ ਕਰ ਦਿਓ, ਸ਼ੇਅਰ ਕਰ ਦਿਓ ਅਤੇ ਸਬਸਕ੍ਰਾਈਬ ਜ਼ਰੂਰ ਕਰਿਓ ਆਪਣੇ ਇਸ ਨਵੇਂ ਚੈਨਲ ਨੂੰ, ਸਪੋਰਟ ਕਰੋ ਵੱਧ ਤੋਂ ਵੱਧ। 5000 ਸਬਸਕ੍ਰਾਈਬਰ ਆਪਾਂ ਆਲਮੋਸਟ ਕੰਪਲੀਟ ਕਰ ਚੁੱਕੇ ਹਾਂ, ਅਤੇ ਤੁਹਾਡੀ ਸਪੋਰਟ ਨਾਲ ਆਪਾਂ ਪਤਾ ਨਹੀਂ ਕਿਸੇ ਦੇ ਕਿੱਥੇ ਪਹੁੰਚ ਜਾਵਾਂਗੇ। ਪਲੀਜ਼ 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 ਲਾਈਕ ਕਰਿਓ, ਅਤੇ ਪਰਮਾਤਮਾ ਚੜ੍ਹਦੀ ਕਲਾ 'ਚ ਰੱਖੇ ਤੁਹਾਨੂੰ ਸਾਰਿਆਂ ਨੂੰ। ਮਿਲਦੇ ਹਾਂ ਜਲਦੀ ਨਵੀਂ ਵੀਡੀਓ ਦੇ ਵਿੱਚ, ਬਾਏ, ਤਦ ਤੱਕ ਲਈ ਰੱਬ ਰੱਖਾ।